ਲੁਧਿਆਣਾ ਨਗਰ ਨਿਗਮ ਹਾਊਸ ਦੀ ਮੀਟਿੰਗ ਬਹਿਸ ਭਰੀ ਰਹੀ ਅਤੇ ਵਿਕਾਸ ਦੇ ਮੁੱਦੇ ਤੇ ਵਿਰੋਧੀ ਕੌਂਸਲਰਾਂ ਦੇ ਨਾਲ ਨਾਲ ਕਾਂਗਰਸੀ ਕੌਂਸਲਰਾਂ ਦੇ ਵੀ ਮੇਅਰ ਬਲਕਾਰ ਸਿੰਘ ਸੰਧੂ ਨਿਸ਼ਾਨੇ ਤੇ ਰਹੇ। ਹਾਊਸ ਦੀ ਮੀਟਿੰਗ 'ਚ ਕੈਬਨਿਟ ਮੰਤਰੀ ਪਾਲ ਭੂਸ਼ਣ ਆਸ਼ੂ, ਵਿਧਾਇਕ ਸੰਜੇ ਤਲਵਾਰ ਅਤੇ ਵਿਧਾਇਕ ਸੁਰਿੰਦਰ ਡਾਬਰ ਦੀ ਮੌਜੂਦਗੀ 'ਚ ਕਈ ਵਾਰ ਵਿਰੋਧੀ ਧਿਰ ਦੇ ਕੌਂਸਲਰ ਅਤੇ ਕਾਂਗਰਸੀ ਕੌਂਸਲਰਾਂ 'ਚ ਵੱਖ ਵੱਖ ਮੁੱਦਿਆਂ ਤੇ ਆਮਣੋ ਸਾਹਮਣੇ ਆਏ ਅਤੇ ਬਹਿਸ ਦੇ ਬਾਵਜੂਦ 35 ਮਤੇ ਪਾਸ ਕਰ ਦਿੱਤੇ ਗਏ। ਨਗਰ ਨਿਗਮ ਦੀਆਂ ਜਿੰਨੀਆਂ ਵੀ ਮੀਟਿੰਗਸ ਹੁੰਦੀਆਂ ਉਹ ਨਗਰ ਨਿਗਮ ਲੁਧਿਆਣੇ ਸ਼ਹਿਰ ਦੇ ਅੰਦਰ ਡਿਵੈਲਪਮੈਂਟ ਲਈ ਹੋਈ ਹੁੰਦੀ ਹੈ। ਉਹਦੀ ਡਿਵੈਲਪਮੈਂਟ ਕਿਵੇਂ ਹੋਵੇ, ਕੀ ਪਾਲਿਸੀਆਂ ਬਣਨ, ਕਿਵੇਂ ਰੈਵਨਿਊ ਜਨਰੇਟ ਹੋਵੇ, ਇਹ ਅੱਜ ਦੀ ਮੀਟਿੰਗ ਵੀ ਉਹਦੇ ਵਾਸਤੇ ਹੀ ਹੈ। ਸਾਰੇ ਕੌਂਸਲਰ ਆਪਣਾ ਸੁਝਾਅ ਦੇ ਰਹੇ ਹੈ ਅਤੇ ਉਹਨਾਂ ਦੇ ਸੁਝਾਵਾਂ 'ਤੇ ਅਮਲ ਕਰਕੇ ਅਫਸਰਸ਼ਾਹੀ ਲੁਧਿਆਣੇ ਦਾ ਵਿਕਾਸ ਕਰੇਗੀ। ਇਹ ਯਕੀਨ ਆ ਵੀ ਕੋਈ ਫਾਈਨੈਂਸ਼ੀਅਲ ਰਿਸਟ੍ਰੇਂਟਸ ਰਹਿਣਗੇ ਨਹੀਂ ਲੁਧਿਆਣੇ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ। ਕੋਈ ਜਿੱਥੋਂ ਮਰਜ਼ੀ ਪੈਸਾ ਆਵੇ, ਡਿਵੈਲਪਮੈਂਟ ਨਹੀਂ ਰੁਕੇਗੀ। ਜਿਹੜੇ ਮੇਨ ਮੇਰੇ ਵੱਲੋਂ ਖੁੱਲ੍ਹੀ ਛੂਟ ਆ, ਜਿਹੜੇ ਪ੍ਰੈਸ ਵਾਲੇ ਵੀਰ ਕਹਿੰਦੇ ਸੀ ਵੀ ਬਿਲਕੁਲ, ਮੈਂ ਉਹਨਾਂ ਨੂੰ ਕਿਹਾ ਵਾਰਡ ਦੇ ਆਪੇ ਹੀ ਕੌਂਸਲਰਾਂ ਨੇ ਸਤਿਕਾਰ ਉਹ ਸੀਨੀਅਰ ਕੌਂਸਲਰ ਨੇ ਕਿਹਾ ਵੀ ਵਾਰਡ ਦੇ ਮੁੱਦੇ ਜਿਹੜੇ ਆ ਤੁਸੀਂ ਉਹ ਜੋਨਲ ਵਾਈਜ਼ ਮੀਟਿੰਗਾਂ ਬੁਲਾ ਲਓ, ਜਿਹੜਾ ਸ਼ਹਿਰ ਦਾ ਕੋਈ ਮੁੱਦਾ ਉਹ ਕੌਂਸਲਰ ਨੂੰ ਕਹਿਣਾ ਔਰ ਹਰ ਕੌਂਸਲ ਦੀ ਤਕਲੀਫ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਵਿਸ਼ਵਾਸ ਦਵਾਂਗੇ। ਲੁਧਿਆਣੇ ਤੋਂ ਯੋਗੇਸ਼ ਕਪੂਰ ਨਾਲ ਹਰਜੀਤ ਸਿੰਘ ਦੀ ਰਿਪੋਰਟ, ਚੈਨਲ 2।